ਹਾਂਜੀ ਸਸ਼ੀਕਲ ਜੀ ਪੰਜਾਬੀ ਸਾਇਤ ਦਾ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦੀ ਵੈਲ ਵਿਸ਼ੀਜ਼ ਮੈਨੂੰ ਪਤਾ ਨਾਲ ਹੈ ਕਾਫੀ ਮੈਸੇजेस ਆ ਰਹੇ ਆ ਤੁਹਾਡੇ ਸਾਰਿਆਂ ਦੇ ਤਾਂ ਉਹਰੇ ਲਈ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਜੇ ਕਿਸੇ ਦਾ ਰਿਪਲਾਈ ਮੇਰੇ ਕੋਲ ਲੇਟ ਹੋ ਜਾਂਦਾ ਤਾਂ ਪਲੀਜ਼ ਗੁੱਸਾ ਨਾ ਕਰਿਓ ਟਰਾਈ ਕਰਦੀਆਂ ਦਿੱਲੀ ਮੈਂ ਸਾਰਿਆਂ ਦੀ ਮਤਲਬ ਕਿ 70 80 ਸਟੂਡੈਂਟਸ ਦੇ ਰਿਪਲਾਈ ਜ਼ਰੂਰ ਕਰਦੀ ਹੁੰਨੀ ਆ ਕਿਉਂਕਿ ਹੁੰਦੀ ਮੈਂ ਇੱਕ ਕਿਸਮ ਚ ਵਿਹਲੀ ਆ ਤਾਂ ਆਰਾਮ ਨਾਲ ਰਿਪਲਾਈ ਤਾਂ ਕਰ ਦਿੰਨੀ ਆ ਪਰ ਜੇ ਥੋੜੇ ਬਹੁਤੇ ਜਾਣਿਆਂ ਦੇ ਰਹਿ ਜਾਂਦੇ ਆ ਤਾਂ ਪਲੀਜ਼ ਗੁੱਸਾ ਨਾ ਕਰਿਓ ਕਿਉਂਕਿ ਇੱਕ ਸਟੂਡੈਂਟ ਦਾ ਮੈਸੇਜ ਆਇਆ ਹੋਇਆ ਸੀ ਕਿ ਮੈਡਮ ਤੁਸੀਂ ਤਾਂ ਮੈਸੇਜ ਖੋਲਦੇ ਵੀ ਨਹੀਂ ਔਰ ਆ ਰੀਜ਼ਨ ਇਹ ਹੈ ਕਿ ਮੈਸੇਜ ਨਾ ਖੋਲਣ ਦਾ ਰੀਜ਼ਨ ਹੈ ਕਿ ਜੇ ਮੈਂ ਮੈਸੇਜ ਖੋਲ ਤਾਂ ਮੈਂ ਰਿਪਲਾਈ ਉਸ ਟਾਈਮ ਨਹੀਂ ਕਰ ਪਾਉਂਦੀ ਤਾਂ ਮੈਸੇਜ ਵੇਸਟ ਹੋ ਜਾਂਦਾ ਹੈ ਇਸ ਲਈ ਮੈਂ ਮੈਸੇਜ ਖੋਲਦੀ ਨਹੀਂ ਹੋਰ ਆ ਰੀਜ਼ਨ ਹੀ ਇਹੀ ਹੈ ਕਿਉਂ ਮੈਨੂੰ ਪਤਾ ਹੈ ਮੈਸੇਜ ਬੰਦ ਪਿਆ ਹੋਇਆ ਮੈਂ ਖੋਲ ਲੈ ਜਦੋਂ ਮੈਨੂੰ ਟਾਈਮ ਲੱਗੇਗਾ ਮੈਸੇਜ ਉਰੋ ਹੀ ਓਪਨ ਕਰਾਂਗੀ ਮੈਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਮੈਸੇਜ ਆਏ ਹੋਏ ਨੇ ਚਲੋ ਹੁਣ ਮੇਨ ਮੁੱਦੇ ਤੇ ਆਨੇ ਆ ਜਿਹੜੀ ਇੱਕ ਸਭ ਤੋਂ ਵੱਡੀ ਖੁਸ਼ਖਬਰੀ ਹੈ ਉਹ ਖੁਸ਼ਖਬਰੀ ਇਹ ਹੈ ਕਿ ਦਿੱਲੀ ਵੱਲੋਂ ਦਿੱਲੀ ਗਵਰਨਮੈਂਟ ਵੱਲੋਂ ਪੰਜਾਬੀ ਟੀਚਰਸ ਦੀ ਭਰਤੀ ਬਹੁਤ ਵੱਡੀ ਗਿਣਤੀ ਵਿੱਚ ਕੀਤੀ ਗਈ ਹੈ ਡੀ ਟ੍ਰਿਪਲ ਐਸ ਬੀ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ डी ट्रिपल एस बी दी भर्ती और बहुत सारे स्टूडेंट डाउटफुल है मैम डी ट्रिपल एस बी की है ये यही गौरमेंट स्कूल दोस्टा निकलियाँ जड़िया कि पंजाबी मास्टर दिया दिकलिया जिस विच फीमेल दिया अलग तो पोस्ट है मेल दिया अलग तो पोस्ट है और ये उन्होंने प्रॉपर एक रिजर्वेशन कैटागरी रखी होंगी है और ये तो नौकरी जी है दिल्ली विच ही मिलेगी दिल्ली तो बाहर नहीं मिलेगी दिल्ली विच ही ये जॉब मिलेगी और इसकी जोड़ी एज है ਜਿਹੜਾ ਕੁਐਸਚਨ ਮੈਨੂੰ ਆ ਰਿਹਾ ਹੈ ਬਹੁਤ سارے ਸਟੂਡੈਂਟ ਮੈਡਮ ਅਸੀਂ 87 ਬੋਨਰ 89 ਬੋਨਰ ਸੀ ਐਲੀਜੀਬਲ ਆ ਜਾਂ ਨਹੀਂ ਐਲੀਜੀਬਲ ਤਾਂ ਇਸ ਦੀ ਜਿਹੜੀ ਏਜ ਹੈ ਉਹ 32 ਇਅਰ ਹੈਗੀ ਹੈ ਪਰ ਇਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਮੈਸੇਜ ਜ਼ਰੂਰ ਕਰਾਂਗੀ ਕਿ ਤੁਸੀਂ ਆਪਣੀ ਤਿਆਰੀ ਰੱਖਿਓ ਜਿਹੜੀ 32 ਤੋਂ ਅਬਾਉਵ ਹੋ ਕਿਉਂਕਿ 2 ਸਾਲ ਪਹਿਲਾਂ ਜਿਹੜੀਆਂ ਪੋਸਟਾਂ ਨਿਕਲੀਆਂ ਸੀਗੀਆਂ ਉਹਰੇ ਵਿੱਚ ਵੀ ਇਹਨਾਂ ਨੇ ਲਾਸਟ ਮੂਮੈਂਟ ਤੇ ਆ ਕੇ ਜਦੋਂ ਫਾਰਮ ਦੀ ਲਾਸਟ ਡੇਟ ਸੀਗੀ ਉਹਨਾਂ ਇਹਨਾਂ ਨੇ ਜਿਹੜੀ ਏਜ ਹੈ ਐਕਸਟੈਂਡ ਕਰਤੀ ਸੀ ਔਰ ਦੁਬਾਰਾ ਤੋਂ ਪੋਰਟਲ ਖੋਲ੍ਹਿਆ ਸੀਗਾ ਔਰ ਉਹ 42 ਏਜ ਕਰਤੀ ਸੀ ਰੀਜ਼ਨ ਇਹ ਕਿ ਉਹਨਾਂ ਕੋ ਜਿੰਨੀ ਰਿਕੁਆਇਰਮੈਂਟ ਹੈ ਉੰਨੀ ਫਾਰਮ ਨਹੀਂ ਫਿਲ ਹੁੰਦੇ ਤੁਹਾਨੂੰ ਪਤਾ ਜਿਵੇਂ ਅਸੀਂ ਸਕੂਟਨੀ ਤੇ ਬੱਚਿਆਂ ਨੂੰ ਬੁਲਾਣੇ ਆ ਤਾਂ ਸਾਡੇ ਨਾਲ ਕੀ ਹੁੰਦਾ ਹੈ ਕਿ 1/4 ਜਿਹੜੇ ਐ ਬੱਚੇ ਜ਼ਿਆਦਾ ਬੁਲਾਏ ਜਾਂਦੇ ਆ ਸਕੂਟਨੀ ਦੇ ਟਾਈਮ ਤੇ ਇਸੇ ਤਰ੍ਹਾਂ ਉਹੀ ਚੀਜ਼ ਦੇ ਦੇ ਕਿ ਜਿਵੇਂ ਸਪੋਜ਼ ਕਰੋ 100 ਪੋਸਟ ਐ ਤਾਂ 100 ਪੋਸਟਾਂ ਵਿੱਚੇ ਕੋਈ 6-7 ਸੋ ਜਿਹੜੇ ਐ ਫਾਰਮ ਤਾਂ ਆਣੇ ਚਾਹੀਦੇ ਆ ਨਾ ਤਾਂ ਸੋ ਦਿੱਲੀ ਦੀ ਜਿਹੜੀਆਂ ਗਵਰਨਮੈਂਟ ਜੌਬਸ ਐ ਫਾਰਮ ਜਿਹੜੇ ਐਨੇ ਜ਼ਿਆਦਾ ਨਹੀਂ ਫਿਲ ਹੁੰਦੇ ਫਰਸਟ ਰੀਜ਼ਨ ਕੀ ਆਂਦਾ ਹੈ ਕਿ ਪਹਿਲੇ ਤਾਂ ਦਿੱਲੀ ਵਿੱਚ ਇੰਨੇ ਪੰਜਾਬੀ ਦੇ ਹੁੰਦੇ ਨਹੀਂ ਐ ਔਰ ਦੂਜੀ ਗੱਲ ਜਿਹੜੇ ਪੰਜਾਬ ਦੇ ਐ ਉਹਨਾਂ ਨੇ ਸੀਟ ਐਟ ਨਹੀਂ ਕੀਤਾ ਹੁੰਦਾ ਇਸ ਦੀ ਐਲੀਜੀਬਿਲਟੀ ਸੀਟ ਐਟ ਹਾਂ ਜਿਨ੍ਹਾਂ ਨੇ ਐਸਟੇਟ ਦਿੱਤਾ ਹੋਇਆ ਉਹ ਵੀ ਇਸ ਲਈ ਐਲੀਜੀਬਲ ਐ ਇਹ ਚੀਜ਼ ਧਿਆਨ ਚ ਰੱਖਿਓ ਕਿ ਕਈ ਬੱਚੇ ਕਹਿੰਦੇ ਨੇ ਅਸੀਂ ਐਸਟੇਟ ਕੀਤਾ ਹੋਇਆ ਸੀਟ ਐਟ ਨਹੀਂ ਕੀਤਾ ਹੋਇਆ ਜਿਨ੍ਹਾਂ ਨੇ ਐਸਟੇਟ ਕੀਤਾ ਉਹ ਵੀ ਸਪੋਰਟਲੀ ਐਲੀਜੀਬਲ ਐ ਤਾਂ ਇੱਕ ਕਿਤੇ ਨਾ ਕਿਤੇ ਹੋਪ ਐ ਕਿ ਸ਼ਾਇਦ ਇਸ ਵਾਰ ਫਿਰ 42 ਜਿਹੜੀ ਹੈ ਏਜ ਕਰ ਦੇਣ ਔਰ ਲਾਸਟ ਟਾਈਮ ਜਿੰਨੀਆਂ ਪੋਸਟਾਂ ਸੀਗੀਆਂ ਨਾ ਉਹ ਸਾਰੀਆਂ ਫਿਲ ਨਹੀਂ ਸੀ ਹੋਈਆਂ ਕਿਉਂਕਿ ਉਹਨਾਂ ਕੋਲ ਕੈਂਡੀਡੇਟ ਜਿਹੜੇ ਨੇ ਕੁਆਲੀਫਾਈ ਨਹੀਂ ਸੀ ਕਰ ਪਏ ਪੇਪਰ ਦਾ ਲੈਵਲ ਬਹੁਤ ਡਿਫਿਕਲਟ ਹੁੰਦਾ ਹੈ ਇਸ ਕਰਕੇ ਦਿੱਲੀ ਦਾ ਜਿਹੜਾ ਪੇਪਰ ਹੈ ਗਵਰਨਮੈਂਟ ਜੌਬ ਦਾ ਪੇਪਰ ਹੈ ਉਹਨੂੰ ਇੰਨਾ ਈਜ਼ੀ ਨਾ ਲਿੱਤਾ ਜਾਏ ਮੈਂ ਹਮੇਸ਼ਾ ਦੱਸਦੀ ਹੁੰਨੀ ਆ ਕਿ ਕਿਹੜੇ ਪੇਪਰ ਦਾ ਲੈਵਲ ਕਿੰਨਾ ਰਹੇਗਾ ਪਰ ਇਹ ਪੇਪਰ ਦਾ ਲੈਵਲ ਈਜ਼ੀ ਨਹੀਂ ਰਹੇਗਾ ਉਹਨੂੰ ਇਜ਼ੀ ਨਾ ਸਮਝਿਆ ਜਾਏ ਇਹਦਾ ਲੈਵਲ ਬਹੁਤ ਡਿਫਿਕਲਟ ਹੈ ਤਾਂ ਬੱਚੇ ਜਿਹੜੇ ਕਲੀਅਰ ਹੋਣਗੇ ਉਹੀ ਜੋਬ ਤੇ ਜਾ ਸਕਦੇ ਆ ਤਾਂ ਮੇਰੀ ਜਿਹੜੀ ਐਪ ਹੈ ਪੰਜਾਬੀ ਸਹਾਇਕਕਰ ਬਲੂ ਆਈਕਨ ਵਾਲੀ ਔਰ ਇਹ ਵਿੱਚ ਮੈਂ ਕੋਰਸ ਜਿਹੜਾ ਹੈ ਅ ਅਪਡੇਟ ਕਰ ਦਿੱਤਾ ਹੋਇਆ ਔਰ ਮੈਨੂੰ ਉਹ ਨਾ ਹੁਣ ਮੇਰੇ ਮਤਲਬ ਇਟਚਵੁੱਡ ਪਰਮਾਤਮਾ ਦੀ ਕਿਰਪਾ ਨਾਲ ਲੈਵਲ ਇੱਥੋਂ ਤੱਕ ਆ ਗਿਆ ਕਿ ਪੋਸਟਾ ਅਨਾਉਂਸ ਨਹੀਂ ਕਰਨੀਆਂ ਪੈਂਦੀਆਂ ਅ ਕੋਰਸ ਅਨਾਉਂਸ ਨਹੀਂ ਕਰਨਾ ਪੈਂਦਾ ਸਟੂਡੈਂਟ ਖੁਦ ਹੀ ਜੁਆਇਨ ਹੋ ਰਹੇ ਨੇ ਐਪ ਦਾ ਇੰਨਾ ਕੁ ਤਾਂ ਬੈਨੀਫਿਟ ਹੈਗਾ ਹੈ ਕਿ ਬੱਚੇ ਚੈੱਕ ਕਰਦੇ ਰਹਿੰਦੇ ਕਿਹੜਾ ਕੋਰਸ ਆ ਗਿਆ ਔਰ ਉਹ ਜੁਆਇਨ ਕਰ ਲੈਂਦੇ ਸੋ ਦਿੱਲੀ ਦੀ ਜੋ ਵੀ ਸਟੂਡੈਂਟ ਪ੍ਰੈਪਰੇਸ਼ਨ ਕਰ ਰਹੇ ਨੇ ਉਹ ਕੋਰਸ ਜੁਆਇਨ ਕਰ ਸਕਦੇ ਨੇ ਅਗਲੀ ਗੱਲ ਇਹਦੇ ਸਿਲੇਬਸ ਦੀ ਤਾਂ ਸਿਲੇਬਸ ਮੈਂ ਡਿਸਕਲੋਜ਼ ਨਹੀਂ ਕਰਨਾ ਪਹਿਲੇ ਜਿਹੜਾ ਐਗਜ਼ਾਮ ਹੋਇਆ ਸੀ ਔਰ ਚ ਦੋ ਟੀਚਰਸ ਮੇਰੇ ਸਿਲੈਕਟ ਹੋਏ ਸੀਗੇ ਸਿਲੇਬਸ ਇਹਨਾਂ ਦਾ ਹਲੇ ਨਹੀਂ ਆਣਾ ਆਣਾ ਵੀ ਨਹੀਂ ਹੈ ਤਾਂ ਸੋ ਸਿਲੇਬਸ ਦੀ ਅਪਡੇਟ ਮੈਂ ਨਹੀਂ ਦੇ ਸਕਦੀ ਕਿ ਸਿਲੇਬਸ ਕਰਾਣਾ ਕਿਉਂਕਿ ਤੁਹਾਨੂੰ ਪਤਾ ਚੋਰ ਬਹੁਤ ਬੈਠੇ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਤੁਸੀਂ ਸਾਰੇ ਉਹਨਾਂ ਨੂੰ ਰਿਪਲਾਈ ਵੀ ਕਰਦੇ ਹੋ ਅੱਗੋਂ ਤੁਹਾਨੂੰ ਹੋਰ ਰੰਗ-ਬਰੰਗੇ ਰਿਪਲਾਈ ਆ ਜਾਂਦੇ ਕਿ ਮੈਡਮ ਜੈਲਸ ਫੀਲ ਕਰਦੇ ਅਸੀਂ ਸਸਤੇ ਵਿੱਚ ਪੜਾਉਂਦੇ ਆ ਮੈਂ ਇਹਨਾਂ ਨੂੰ ਇਹ ਨਹੀਂ ਪਤਾ ਮੈਡਮ ਨੇ ਤਾਂ ਪਤਾ ਨਹੀਂ ਕਿੰਨਾ ਕੁ ਸਟੂਡੈਂਟ ਫ੍ਰੀ 'ਚ ਹੀ ਪੜਾ ਦਿੱਤਾ ਹੋਇਆ 80% ਸਟੂਡੈਂਟ ਔਰ ਜਿਹੜੇ ਉਹਨਾਂ ਨੇ ਟੀਚਰ ਰੱਖੇ ਉਹ ਵੀ ਫ੍ਰੀ 'ਚ ਹੀ ਪੜਾਏ ਹੋਏ ਨੇ ਸੋ ਅ ਨੋਟਸ ਤੱਕ ਮੇਰੇ ਚੋਰੀ ਹੋ ਰਹੇ ਨੇ ਨੀਮ ਤੱਕ ਚੋਰੀ ਹੋ ਰਿਹਾ ਸੋ ਇਸ ਕਰਕੇ ਮੈਂ YouTube ਤੋਂ ਹੁਣ ਥੋੜਾ ਦੂਰ ਹੀ ਰਹਿਣੀ ਹੈ ਕਿ ਆਪਾਂ ਨਾ ਹੀ ਜ਼ਿਆਦਾ ਅਪਡੇਟ ਪਾਈਏ ਕਿਉਂਕਿ ਇੱਕ ਸਾਹਮਣੇ ਵਾਲੇ ਦੀ ਮਿਹਨਤ ਹੁੰਦੀ ਹੈ ਪਰ ਬਾਬੇ ਨਾਨਕ ਨੇ ਪਹਿਲੇ ਹੀ ਕਿਹਾ ਸੀ ਕਲਯੁਗ ਦਾ ਪਸਾਰ ਹੈ ਸੋ ਜਿਤ ਕਲਯੁਗ ਦੀ ਹੁੰਦੀ ਹੈ ਸੱਚਾ ਬੰਦਾ ਤਾਂ ਮਾਰ ਹੀ ਖਾਂਦਾ ਹੈ ਉਹੀ ਸ਼ਾਇਦ ਮੇਰੇ ਨਾਲ ਹੋ ਰਿਹਾ ਚਲੋ ਜੋ ਵੀ ਹੈ ਪੰਜਾਬੀ ਸਾਇਤ ਦਾ ਐਪ ਵਿੱਚ ਜਦੋਂ ਤੁਸੀਂ ਜਾਓਗੇ ਡੀਐਸਐਸਬੀ ਦਾ ਕੋਰਸ ਲੈ ਲੋਗੇ ਉਹਦੇ ਵਿੱਚ ਤੁਹਾਨੂੰ ਸਿਲੇਬਸ ਵੀ ਦੱਸ ਦਿੱਤਾ ਜਾਏਗਾ ਪੇਪਰ ਦਾ ਪੈਟਰਨ ਵੀ ਪੇਪਰ ਦੀ ਤਿਆਰੀ ਕਿੱਦਾਂ ਕਰਨੀ ਹੈ ਔਰ ਇਹੀ ਮੰਥ ਇਹ ਜਿਹੜਾ ਕੋਰਸ ਹੈ ਓਪਨ ਰਹੇਗਾ ਨੈਕਸਟ ਮੰਥ ਮੈਂ ਕੋਰਸ ਕੋਈ ਵੀ ਸਟੂਡੈਂਟ ਫੈਬ ਵਿੱਚ ਕੋਈ ਵੀ ਸਟੂਡੈਂਟ ਜੁਆਇਨ ਨਹੀਂ ਕਰਾਣਾ ਠੀਕ ਹੈ ਜੇ ਤੁਸੀਂ ਲੱਭਦੇ ਹੋ ਕੋਈ ਲੈਸ ਵਗੈਰਾ ਤਾਂ ਬਹੁਤ ਲੈਸ ਵੀ ਮਿਲ ਰਹੇ 5-500 ਰੁਪਏ 'ਚ ਵੀ ਕੋਰਸ ਮਿਲ ਰਹੇ ਤੁਸੀਂ ਲੈ ਸਕਦੇ ਹੋ ਬੜੇ ਆਰਾਮ ਨਾਲ ਪਰ ਮੈਂ ਫੈਬ ਚ ਨਹੀਂ ਜੁਆਇਨ ਕਰਾਂ ਕਿਉਂਕਿ ਮੇਰਾ ਟਾਰਗੇਟ ਹੁੰਦਾ ਕਿ ਜੇ ਮੇਰੇ ਕੋ ਬੱਚਾ ਆ ਰਿਹਾ ਤਾਂ ਐਟ ਲੀਸਟ 80% ਪੱচ্চਾ ਜਿਹੜਾ ਹੈ ਪੇਪਰ ਕ੍ਰੈਕ ਕਰਨਾ ਚਾਹੀਦਾ ਔਰ ਇਸ ਚੀਜ਼ ਦਾ ਪ੍ਰੂਫ ਜਿਹੜਾ ਤੁਸੀਂ YouTube ਚ ਦੇਖ ਸਕਦੇ ਹੋ ਮੈਂ ਕੋਈ ਫੋਟੋਆਂ ਫੇਕ ਲਗਾ ਕੇ ਨਹੀਂ ਸ਼ੋ ਕੀਤਾ ਹੋਇਆ ਮੈਂ ਕੋਈ ਇਹ ਨਹੀਂ ਕਹਿੰਦੀ ਕਿ ਮੇਰੇ ਰਿਜ਼ਲਟ ਬੋਲਦੇ ਨੇ ਜਾਂ ਮੇਰੀਆਂ ਵੀਡੀਓਜ਼ ਪਈਆਂ ਹੋਈਆਂ ਸਟੂਡੈਂਟ ਖੁਦ ਦੱਸ ਰਹੇ ਦਿੱਲੀ ਦੇ ਸਟੂਡੈਂਟਸ ਵੀ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਦੋ ਸਟੂਡੈਂਟਸ ਹੈ ਉਹਨਾਂ ਦੀ ਤੁਸੀਂ ਵੀਡੀਓਜ਼ ਜਿਹੜੀਆਂ ਚੈੱਕ ਕਰ ਸਕਦੇ ਹੋ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਸੀ ਸੋ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾਈ ਜਾਂਦੀ ਹੈ ਜਿਹੜੇ ਵੀ ਸਟੂਡੈਂਟ ਜੁਆਇਨ ਕਰਨਾ ਚਾਹੁੰਦੇ ਹੈ 31 ਜਨਵਰੀ ਤੱਕ ਜੁਆਇਨ ਕਰ ਲੈਣ ਉਸ ਤੋਂ ਬਾਅਦ ਸੌਰੀ ਮੈਂ ਕਿਸੇ ਸਟੂਡੈਂਟ ਨੂੰ ਜੁਆਇਨ ਨਹੀਂ ਕਰਾ ਸਕਦੀ ਖੁਸ਼ ਰਹੋ ਹੱਸਦੇ ਬਸ ਰਹੋ